वेखो नहर का पानी आ, नहर की बन्नी नहीं बनते, वर्म वर्म चंगी तरह बन्नी हो पानी ना ना आवे। हाँ वेखो की हाल है हम फसलों का, किधर नूं पानी जान डिया उतों की। हाँ जी भाई किदा ਜੀ ਦੱਸੀਏ ਜੀ, ਦੇਖੋ ਜੀ ਸਰਕਾਰ ਨੇ ਜਿਹੜੀ ਸਾਡੀ ਨਹਿਰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਤਾਂ ਸਾਡੀਆਂ ਫਸਲਾਂ ਖਰਾਬ ਹੋਣ ਦੀਆਂ। ਇਸ ਵਕਤ ਨਾ ਤਾਂ ਅਸੀਂ ਕਿਸੇ ਤਰੀਕੇ ਨਾਲ ਡੱਕ ਸਕਦੇ ਹਾਂ, ਨਾ ਕਿਸੇ ਨੂੰ ਅਪੀਲ ਕਰ ਸਕਦੇ ਹਾਂ। ਬਸ ਇਹੀ ਆ ਕਿ ਬਾਰਿਸ਼ ਰੁਕ ਜੇ, ਪਾਣੀ ਘੱਟ ਜੇ ਤਾਂ ਸਾਡੀਆਂ ਫਸਲਾਂ ਬਚ ਜਾਣ, ਹੋਰ ਕੀ ਕਹਿ ਸਕਦੇ ਹਾਂ। ਨਹਿਰ ਬੰਦ ਹੋਣੀ ਚਾਹੀਦੀ ਆ, ਨਹਿਰ ਬੰਦ ਤਾਂ ਨਹੀਂ ਹੋਣੀ ਚਾਹੀਦੀ, ਪਰ ਨਹਿਰ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ, ਪਾਣੀ ਇੱਦਾਂ ਵੇਸਟ ਨਾ ਹੋਏ, ਇਹੀ ਪਾਣੀ ਯੂਜ਼ ਕਰਕੇ ਕਿਤੇ ਪਹੁੰਚਾਇਆ ਜਾਵੇ ਅੱਗੇ। ਖਾਦ ਵੇਸਟ ਨਾ ਹੋਣੀ, ਪਾਣੀ ਫਸਲਾਂ ਜਿਹੜੀਆਂ ਖਰਾਬ ਹੋਣੀਆਂ ਵਾ, ਬਹੁਤ ਨੁਕਸਾਨ ਹੋਣ ਡਿਆ। ਵੇਖੋ ਕਮਰੇ ਦੇ ਅੰਦਰ ਤੁਹਾਨੂੰ ਵਿਖਾ ਦਿੰਦੇ ਹਾਂ, ਪਾਣੀ ਵੜ ਗਿਆ ਜੀ, ਪਾਣੀ ਪਾਣੀ ਹੋ ਗਿਆ ਜੀ ਅੰਦਰ।